ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇਸ਼ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਕਈ ਬਾਲੀਵੁੱਡ ਕਲਾਕਾਰ ਇਸ ਦੀ ਚਪੇਟ ਵਿੱਚ ਆ ਗਏ, ਉੱਥੇ ਹੁਣ ਪੰਜਾਬੀ ਕਲਾਕਾਰ ਵੀ ਇਸ ਦੀ ਚਪੇਟ ਵਿੱਚ ਆਉਣਾ ਸ਼ੁਰੂ ਹੋ ਗਏ ਨੇ। ਹਾਲ ਹੀ ਵਿੱਚ ਪੰਜਾਬੀ ਗਾਇਕ ਕਾਂਬੀ ਰਾਜਪੂਰੀਆ ਆਪਣੇ ਕੋਰੋਨਾ ਪੋਜ਼ਿਟਿਵ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਕਾਂਬੀ ਰਾਜਪੂਰੀਆ ਨੇ ਕੋਰੋਨਾ ਪੋਜ਼ਿਟਿਵ ਹੋਣ ਦੀ ਜਾਣਕਾਰੀ ਦਿੰਦਿਆਂ ਦੋਸਤਾਂ ਤੋਂ ਮੁਆਫੀ ਵੀ ਮੰਗੀ। ਕਾਂਬੀ ਰਾਜਪੂਰੀਆ ਨੇ ਲਿਖਿਆ ਹੈ, ਜੋ ਦੋਸਤ ਮੇਰੇ ਸੰਪਰਕ ਵਿੱਚ ਸਨ, ਕਿਰਪਾ ਕਰਕੇ ਜੇਕਰ ਤੁਹਾਨੂੰ ਕੋਈ ਲੱਛਣ ਦਿਖਾਈ ਦੇਵੇ ਤਾਂ ਖੁਦ ਨੂੰ ਇਕਾਂਤਵਾਸ ਕਰੋ ਤੇ ਸਾਵਧਾਨੀ ਵਰਤੋ। ਮੈਂ ਕੋਰੋਨਾ ਪੋਜ਼ਿਟਿਵ ਹਾਂ, ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ। ਜ਼ਿਕਰਯੋਗ ਹੈ ਕਿ ਕਾਂਬੀ ਰਾਜਪੂਰੀਆ ਦਾ ਕੋਰੋਨਾ ਪੋਜ਼ਿਟਿਵ ਆਉਣਾ ਪੂਰੀ ਪੰਜਾਬੀ ਇੰਡਸਟਰੀ ਲਈ ਇੱਕ ਚਿੰਤਾਜਨਕ ਗੱਲ ਹੈ। ਪਰ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਪੋਜ਼ਿਟਿਵ ਹੋਣ ਤੋਂ ਪਹਿਲਾਂ ਲੋਕਡਾਊਨ ਦੌਰਾਨ ਖੁਦ ਨੂੰ ਕਾਫੀ ਫਿਟ ਰੱਖਣ ਲਈ ਖੂਬ ਮਿਹਨਤ ਕੀਤੀ। ਕਾਂਬੀ ਰਾਜਪੂਰੀਆ ਦੀ ਬਾਡੀ ਵਿੱਚ ਬਦਲਾਵ ਸਾਫ਼ ਦੇਖਿਆ ਜਾ ਸਕਦਾ ਹੈ। ਆਪਣੀ ਫਿਟ ਬਾਡੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਂਬੀ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਲਈ ਅਕਸਰ ਸਾਂਝੀਆਂ ਕਰਦੇ ਰਹਿੰਦੇ ਨੇ। ਵੈਲ, ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਅਤੇ ਤੁਸੀਂ ਕੋਰੋਨਾ ਦੇ ਸੈਕਿੰਡ ਵੇਰੀਐਂਟ ਤੋਂ ਕਿੰਨਾ ਬਚਾਵ ਰੱਖ ਰਹੇ ਹੋ, ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।